watch more videos, please subscribe Wasm Entertainment and ring the bell for the notification. ਜਗਤਾਰ ਸਿੰਘ ਜੌਹਲ ਉਫ ਜੱਗੀ ਕੇਸ ਦੇ ਵਿੱਚ ਇੱਕ ਵਾਰ ਫਿਰ ਤੋਂ ਪੇਸ਼ੀ ਹੋਈ ਅੱਜ ਤੇ ਐਨਆਈਏ ਦੀ ਸਪੈਸ਼ਲ ਅਦਾਲਤ ਦੇ ਵਿੱਚ ਇੱਕ ਲੰਬੇ ਅਰਸੇ ਬਾਅਦ ਜਗਤਾਰ ਸਿੰਘ ਜੌਹਲ ਨੂੰ ਰਾਹਤ ਦਾ ਸਾਹ ਆਇਆ ਕਿਉਂਕਿ ਇਸ ਵਾਰ ਰਿਮਾਂਡ ਨਹੀਂ ਦਿੱਤੀ ਗਈ। ਹੋਰ ਵਕੀਲ ਨੇ ਕੀ ਕਿਹਾ ਜਗਤਾਰ ਸਿੰਘ ਜੌਹਲ ਦੇ ਕੇਸ ਬਾਰੇ ਅਤੇ ਬੱਗਾ ਅਤੇ ਸ਼ੇਰਾ ਦੇ ਕੇਸ ਬਾਰੇ, ਕਿਉਂਕਿ ਉਹਨਾਂ ਦੀ ਦੋ ਦੋ ਦਿਨ ਦੀ ਰਿਮਾਂਡ ਵਧਾਈ ਗਈ ਹੈ। ਆਓ ਸੁਣਦੇ ਹਾਂ। ਹਾਂਜੀ, ਜਗਤਾਰ ਸਿੰਘ ਜੌਹਲ ਨੂੰ ਜਿਹੜਾ ਉਹ ਪੇਸ਼ ਕੀਤਾ ਸੀਗਾ ਇੱਕ ਕੇਸ ਦੇ ਵਿੱਚ, ਜਿਹਦੇ ਰਵਿੰਦਰ ਗੁਸਾਈ ਮਰਡਰ ਕੇਸ ਦੇ ਵਿੱਚ, ਉਹਦੇ 'ਚ ਰਿਮਾਂਡ 'ਤੇ ਸੀ। ਅੱਜ ਜੁਡੀਸ਼ਲ ਹੋਇਆ ਉਸ ਕੇਸ ਦੇ ਵਿੱਚ, ਅਤੇ ਫਰਦਰ ਐਨਆਈਏ ਨੇ ਕਿਸੇ ਹੋਰ ਕੇਸ ਦੇ ਵਿੱਚ ਰਿਮਾਂਡ ਦੀ ਮੰਗ ਨਹੀਂ ਕੀਤੀ, ਜਿਹਦੇ 'ਤੇ ਹੁਣ 1 ਫਰਵਰੀ ਤਰੀਕ ਆ ਪਾਤੀ ਆ, ਉਹਦੇ 'ਚ ਹੁਣ ਜੁਡੀਸ਼ਲ ਸੈਂਟ ਭੇਜ ਦਿੱਤਾ ਉਹਨੂੰ, ਮੈਕਸੀਮਮ ਸਿਕਿਉਰਿਟੀ ਜੇਲ੍ਹ ਨਾਭੇ ਭੇਜਣ ਦੇ ਔਰਡਰ ਕੀਤੇ ਆ। ਜਗਤਾਰ ਸਿੰਘ ਜੌਹਲ ਨੂੰ ਤਾਂ ਜੁਡੀਸ਼ਲ ਜਿਹੜੀ ਕਸਟਡੀ ਅੱਜ ਹੋ ਗਈ ਆ, ਸਾਡੇ ਲਈ ਇੱਕ ਬੜੇ ਚਿਰ ਬਾਅਦ 2 ਮਹੀਨੇ ਬਾਅਦ ਇੱਕ ਚੰਗੀ ਖਬਰ ਹੈਗੀ ਆ ਵੀ ਹੁਣ 2 ਮਹੀਨੇ ਦੇ ਲੰਬੇ ਰਿਮਾਂਡ ਤੋਂ ਬਾਅਦ ਉਹਨੂੰ ਕੁਛ ਟਾਈਮ ਜਿਹੜਾ ਅਰੈਸਟ ਮਿਲੂਗਾ। ਦੂਜਾ, ਹਰਦੀਪ ਸਿੰਘ ਸ਼ੇਰਾ ਅਤੇ ਰਮਨਦੀਪ ਸਿੰਘ ਬੱਗਾ ਦਾ RSS ਜਿਹੜੀ ਸ਼ਾਖਾ ਦੇ ਉੱਤੇ ਗੋਲੀ ਕੇਸ ਦੇ ਵਿੱਚ, ਉਹਦੇ 'ਚ ਉਹਨਾਂ ਦਾ ਜਿਹੜਾ ਜੁਡੀਸ਼ਲ ਹੋਇਆ 20 ਜਨਵਰੀ ਤਰੀਕ ਪਈ ਆ, ਅਤੇ ਫਰਦਰ ਉਹਨਾਂ ਨੇ ਐਨਆਈਏ ਵੱਲੋਂ ਰਿਮਾਂਡ ਮੰਗਿਆ ਜਿਹੜਾ ਦੂਜੇ ਕੇਸ ਦੇ ਵਿੱਚ ਅਰੈਸਟ ਪਾਈ ਆ, ਸੁਲਤਾਨ ਮਸੀਹ ਪਾਸਟਰ ਮਰਡਰ ਕੇਸ ਦੇ ਵਿੱਚ, ਜਿਹ 'ਚ ਪੰਜਾਬ ਪੁਲਿਸ ਨੇ ਸ਼ੇਰੇ ਅਤੇ ਬੱਗੇ ਦੀ ਅਰੈਸਟ ਨਹੀਂ ਸੀ ਪਾਈ ਆਲਰੇਡੀ, ਐਨਆਈਏ ਨੇ ਫਸਟ ਟਾਈਮ ਉਹਦੀ ਉਹਨਾਂ ਕੇਸਾਂ 'ਚ ਬੰਨ ਕੇ 12 ਦਿਨ ਦਾ ਰਿਮਾਂਡ ਜਿਹੜਾ ਮੰਗਿਆ ਸੀਗਾ, ਅਤੇ ਕੋਰਟ ਨੇ ਆਗੂ ਸੁਣਨ ਤੋਂ ਬਾਅਦ ਸਿਰਫ 2 ਦਿਨ ਦਾ ਫੋਰਮਲ ਅਰੈਸਟ ਵਾਸਤੇ ਅਤੇ ਜਿਹੜੀ ਫੋਰਮੈਲਿਟੀਜ਼ ਹੈਗੀ ਉਹਦੇ ਵਾਸਤੇ 2 ਦਿਨ ਦਾ ਪੁਲਿਸ ਰਿਮਾਂਡ ਦਿੱਤਾ, ਅਤੇ ਹੁਣ 4 ਤਰੀਕ ਨੂੰ ਸ਼ੇਰੇ ਅਤੇ ਬੱਗੇ ਨੂੰ ਜਿਹੜਾ ਹੈਗਾ ਇਸ ਸੁਲਤਾਨ ਮਸੀਹ ਮਰਡਰ ਕੇਸ ਦੇ ਵਿੱਚ ਪੇਸ਼ ਕੀਤਾ ਜਾਊਗਾ। ਨਹੀਂ ਦੇਖੋ, ਇਹ ਤਾਂ ਐਲੀਗੇਸ਼ਨ ਆ, ਮੈਂ ਹੱਥ ਸੀਗਾ ਜਾਂ ਨਹੀਂ ਸੀਗਾ ਉਹਦੇ ਬਾਰੇ ਨਹੀਂ ਕੁਛ ਕਹਿ ਸਕਦਾ। ਜਿਹੜੀ ਐਨਆਈਏ ਨੇ ਜਿਹੜੇ ਕੇਸ ਪਾਏ ਉਹਦੇ ਵਿੱਚ ਇਹ ਵੀ ਕੇਸ ਜਿਹੜਾ ਸ਼ਾਮਿਲ ਹੈਗਾ ਆ, ਅਤੇ ਆਲਰੇਡੀ ਜੇ ਉਸ ਕੇਸ ਦੀ ਮੈਰਿਟਸ 'ਤੇ ਜਾਣਾ ਤਾਂ ਉਹਦੇ ਫੈਮਿਲੀ ਨੇ ਜਾਂ ਉਹਨਾਂ ਦੇ ਇਹ ਬਰਾਦਰੀ ਦੇ ਹੋਰ ਲੋਕਾਂ ਨੇ ਕਿਹਾ ਸੀ ਵੀ ਉਹਦੇ ਪਿੱਛੇ RSS ਦਾ ਜਿਹੜਾ ਹੱਥ ਹੈਗਾ, ਉਸ ਪਾਸੇ ਨੂੰ ਮੈਨੂੰ ਨਹੀਂ ਲੱਗਦਾ ਐਨਆਈਏ ਜਾਂ ਕੋਈ ਹੋਰ ਕੋਈ ਇਨਵੈਸਟੀਗੇਸ਼ਨ ਏਜੰਸੀ ਜਾਂਚ ਕਰਦੀ ਹੈ, ਕਿਉਂਕਿ ਆਲਰੇਡੀ CM ਅਤੇ DGP ਨੇ ਸਾਰੇ ਕੇਸ ਐਕਸਟਰਾ ਜੁਡੀਸ਼ਲ ਜਾਂਦੇ ਹੋਏ ਉਹਨਾਂ ਨੇ ਸਾਰੇ ਕੇਸ ਇਹਨਾਂ ਦੇ ਪਾਉਣ ਦੀ ਗੱਲ ਕਰ ਦਿੱਤੀ ਆ, ਅਤੇ ਇਸ ਕਰਕੇ ਇਹਨਾਂ ਦੇ ਉੱਤੇ ਕੇਸ ਪਾ ਦਿੱਤਾ ਗਿਆ, ਅਰੈਸਟ ਜਿਹੜੀ ਪੈ ਗਈ ਆ, ਅਤੇ ਹੁਣ 4 ਤਰੀਕ ਨੂੰ ਸ਼ੇਰੇ ਅਤੇ ਬੱਗੇ ਨੂੰ ਇਸ ਕੇਸ ਦੇ ਵਿੱਚ ਪੇਸ਼ ਕੀਤਾ ਜਾਊਗਾ, ਅਤੇ ਫਰਦਰ ਫਿਰ ਅੱਗੇ ਦੇਖਾਂਗੇ ਕੀ ਕਹਿੰਦੇ। ਜੌਹਲ ਨੂੰ ਅੱਜ ਜੁਡੀਸ਼ਲ ਹੋ ਗਿਆ, ਉਹਨੂੰ ਮੈਕਸੀਮਮ ਸਿਕਿਉਰਿਟੀ ਜੇਲ੍ਹ ਨਾਭੇ ਛੱਡਿਆ ਜਾਊਗਾ। ਟੂਡੇ ਜਗਤਾਰ ਸਿੰਘ ਜੌਹਲ ਪ੍ਰੋਡਿਊਸ ਇਨ ਦੀ ਕੋਰਟ ਆਫ ਐਨਆਈਏ ਸਪੈਸ਼ਲ ਕੋਰਟ ਮਿਸ ਸੰਸ਼ੂਲ ਬੇਰੀ ਐਂਡ ਹੀ ਸੈਂਟ ਟੂ ਜੁਡੀਸ਼ਲ ਕਸਟਡੀ। ਗੈਂਗਸਟਰ ਲੱਖਾ ਸਿਦਾਨਾ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਜੇਲ੍ਹ ਦੇ ਅੰਦਰ ਦੀਆਂ ਹਕੀਕਤਾਂ ਬਿਆਨ ਕੀਤੀਆਂ ਕਿ ਕਾਨੂੰਨੀ ਵਿਵਸਥਾ ਦੀਆਂ ਧੱਜੀਆਂ ਅੰਦਰ ਕਿੱਦਾਂ ਉੱਡਦੀਆਂ ਨੇ ਅਤੇ ਕਿਸ ਤਰੀਕੇ ਦੇ ਨਾਲ ਮੁਲਜ਼ਮਾਂ ਦੇ ਨਾਲ ਜੇਲ੍ਹ ਦੇ ਅੰਦਰ ਟ੍ਰੀਟ ਕੀਤਾ ਜਾਂਦਾ ਹੈ। ਅਸੀਂ ਇਹੀ ਉਮੀਦ ਕਰਾਂਗੇ ਕਿ ਪੁਲਿਸ ਅਤੇ ਪ੍ਰਸ਼ਾਸਨ ਜਗਤਾਰ ਸਿੰਘ ਜੌਹਲ, ਜੱਗਾ, ਜਿੰਮੀ, ਬੱਗਾ, ਸ਼ੇਰਾ ਇਹਨਾਂ ਦੇ ਜੋ ਕੇਸਿਸ ਨੇ ਉਹਨਾਂ ਨੂੰ ਜਲਦ ਤੋਂ ਜਲਦ ਫਾਸਟ ਟਰੈਕ ਕੋਰਟਸ ਜਾਂ ਐਨਆਈਏ ਦੇ ਹਵਾਲੇ ਕਰਕੇ ਖਤਮ ਕਰਨ ਅਤੇ ਲੋਕਾਂ ਨੂੰ ਇਹ ਤਸੱਲੀ ਦਿਵਾਉਣ ਕਿ ਜਿਹਨਾਂ ਉੱਤੇ ਕੇਸ ਚੱਲ ਰਹੇ ਨੇ ਉਹ ਵਾਕਈ ਹੀ ਮੁਲਜ਼ਮ ਹਨ ਅਤੇ ਕੋਈ ਵੀ ਬੇਕਸੂਰਾ ਫੜ ਕੇ ਅੰਦਰ ਨਹੀਂ ਕੀਤਾ ਗਿਆ। ਇਫ ਯੂ ਲਾਈਕ ਦ ਨਿਊਜ਼, ਪਲੀਜ਼ ਲਾਈਕ ਐਂਡ ਸ਼ੇਅਰ ਦ ਨਿਊਜ਼, ਸਬਸਕ੍ਰਾਈਬ ਦ ਚੈਨਲ। ਟੂ ਵਾਚ ਮੋਰ ਵੀਡੀਓਜ਼, ਪਲੀਜ਼ ਸਬਸਕ੍ਰਾਈਬ ਵਾਸਮ ਐਂਟਰਟੇਨਮੈਂਟ ਐਂਡ ਰਿੰਗ ਦ ਬੈਲ ਫੋਰ ਦ ਨੋਟੀਫਿਕੇਸ਼ਨ।